ਮੈਂ ਬਲਵੀਰ ਸਿੰਘ ਜੜੀਆ, ਪਿੰਡ ਧਰਮਗੜ੍ਹ, ਤਹਿਸੀਲ ਅਮਲੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਕਿਸਾਨ ਵੀਰੋ, ਜਿਹੜਾ ਦਸੰਬਰ ਦਾ ਮਹੀਨਾ ਨਾ, ਹੁਣ ਇਹ ਜਿਹੜੇ ਦੇਸੀ ਖਾਦ ਹੈ ਇਹ ਪਾਉਣ ਖਾਤਰ ਜਿਹੜੇ ਫਲਦਾਰ ਬੂਟੇ ਨੇ ਉਹਨਾਂ ਲਈ ਬੜਾ ਢੁੱਕਵਾਂ ਟਾਈਮ ਹੈ। ਅਤੇ ਅੱਜ ਅਸੀਂ ਜਿਹੜਾ ਇਹ ਬੂਟਿਆਂ 'ਚ ਖਾਦ ਪਾਉਣ ਲੱਗੇ ਹਾਂ, ਇਹ ਜਿਹੜਾ ਖਾਦ ਆ ਬਹੁਤ ਚੰਗੀ ਤਰ੍ਹਾਂ ਗਲਿਆ ਸੜਿਆ ਹੋਣਾ ਚਾਹੀਦਾ। ਜੇ ਅਸੀਂ ਕੱਚਾ ਖਾਦ ਪਾਤਾ ਬੂਟਿਆਂ ਨੂੰ ਤਾਂ ਉਹਦੇ ਨਾਲ ਸਿਉਂਕ ਆਉਣ ਦਾ ਵੀ ਖਤਰਾ। ਅਤੇ ਇਹ ਅਸੀਂ ਅੱਜ ਨਿੰਬੂ ਦੇ ਬੂਟੇ, ਅੰਬਾਂ ਦੇ ਬੂਟੇ ਅਤੇ ਕਿੰਨੂ ਦੇ ਬੂਟੇ, ਅਤੇ ਇਹਨਾਂ ਦੇ ਵਿੱਚ ਇਹ ਖਾਦ ਪਾ ਰਹੇ ਹਾਂ। ਚੱਕ ਬਈ, ਕਿੰਨੂ ਦੇ ਬੂਟੇ ਕੋਲ ਹੀ ਲਾ ਲੈ, ਉਹ ਨਿੰਬੂ ਦੇ ਬੂਟੇ ਕੋਲ ਮਾੜੀ ਜਿਹੀ ਸ਼ੋਟ ਲੈ ਲਈ, ਹੈ ਨਾ। ਇੱਥੇ ਡਰਾਮਾ ਜਿਹਾ ਕਰ ਲਈ, ਇੱਥੇ ਕਰ ਲੈ, ਦੂਰ ਤੱਕ ਪਾ ਕਰੀਏ। ਕਿੰਨੂ ਦਾ ਬੂਟਾ, ਅਤੇ ਜਿਹੜਾ ਕਿੰਨੂ ਹੈ ਇਹਨੂੰ ਹੁਣ ਜਿਹੜਾ ਹੈਗਾ ਦੇਸੀ ਖਾਦ ਪਾਉਣ ਦਾ ਬਹੁਤ ਢੁੱਕਵਾਂ ਟਾਈਮ ਹੈ। ਇੱਕ ਸਾਲ ਦੇ ਕਿੰਨੂ ਨੂੰ 10 ਕਿਲੋ ਤਕਰੀਬਨ ਜਿਹੜਾ ਦੇਸੀ ਖਾਦ ਦੀ ਲੋੜ ਹੈ, ਜਦੋਂ ਉਹਨੂੰ ਅਸੀਂ ਦੂਜੇ ਸਾਲ 20 ਕਿਲੋ, ਯਾਨੀ 10% ਹਰ ਸਾਲ ਵਧਾਉਂਦੇ ਚਲੇ ਜਾਣਾ। ਅੱਗੇ ਸਾਡੇ ਕੋਲ ਨਿੰਬੂਆਂ ਦਾ ਬੂਟਾ, ਅਤੇ ਪਰਲੇ ਬੰਨੇ ਇਹ ਜਿਹੜਾ ਬੂਟਾ ਤਕਰੀਬਨ 1 ਸਾਲ ਦੇ ਬੂਟੇ ਨੂੰ 5 ਕਿਲੋ ਜਿਹੜਾ ਹੈਗਾ ਦੇਸੀ ਖਾਦ ਦੀ ਲੋੜ ਹੈਗੀ ਹੈ, ਅਤੇ ਜਿਹੜਾ ਖਾਦ ਆ ਉਹ ਚੰਗੀ ਤਰ੍ਹਾਂ ਲਾਉਣਾ, ਅਤੇ ਦੂਜੇ ਸਾਲ ਤਕਰੀਬਨ 15 ਕਿਲੋ 20 ਕਿਲੋ ਦੇ ਲਾਗੇ ਛਾਗੇ ਲੈ ਜਾਣਾ। ਇਹ ਸਾਡਾ ਅਮਰੂਦ ਦਾ ਬੂਟਾ, ਇਹਦੇ 'ਚ ਜਿਹੜਾ ਖਾਦ ਪਾਉਣ ਦਾ ਢੁੱਕਵਾਂ ਟਾਈਮ ਹੈ ਉਹ 6 ਜੂਨ ਹੈ, ਇਹਦੇ 'ਚ ਅਸੀਂ ਹੁਣ ਖਾਦ ਨਹੀਂ ਪਾਉਣਾ ਹੈਗਾ। ਅਤੇ ਅੱਗੇ ਉਹ ਸਾਡੇ ਅੰਬਾਂ ਦੇ ਬੂਟੇ ਨੇ ਵੱਡੇ, ਅਤੇ 1 ਸਾਲ ਦਾ ਜਿਹੜਾ ਅੰਬ ਦਾ ਬੂਟਾ ਉਹਨੂੰ 10 ਕਿਲੋ ਦੇਸੀ ਖਾਦ ਦੀ ਲੋੜ ਹੈ, ਦੂਜੇ ਸਾਲ 20 ਕਿਲੋ, ਤੀਜੇ ਸਾਲ 30 ਕਿਲੋ, ਇਸ ਤਰ੍ਹਾਂ ਅਸੀਂ ਵੱਧਦੇ ਚੱਲੇ ਜਾਂਦੇ। 10 ਸਾਲ ਦਾ ਬੂਟਾ ਹੋ ਜਾਵੇ ਫਿਰ 1 ਸਾਲ ਤੋਂ 1 ਕੁਇੰਟਲ ਤੋਂ ਵੀ ਅਸੀਂ ਜ਼ਿਆਦਾ, ਜਾਣੀ 100 ਕਿਲੋ ਤੋਂ ਵੱਧ ਖਾਦ ਪਾ ਸਕਦੇ ਹਾਂ। ਅਤੇ ਅੱਜ ਅਸੀਂ ਆ ਜਿਹੜੇ ਥੋੜ੍ਹੇ ਬੂਟੇ ਨੇ ਸਾਡਾ, ਜਿਵੇਂ ਨਿੰਬੂ ਹੋ ਗਿਆ, ਕਿੰਨੂ ਹੋ ਗਿਆ, ਅਤੇ ਆੜੂ ਹੋ ਗਿਆ, ਬੱਗੂ ਖੋਸ਼ਾ ਹੋ ਗਿਆ, ਸਾਡੇ ਸੇਬਾਂ ਦੇ ਬੂਟੇ ਨੇ, ਅਤੇ ਇਹਨਾਂ ਦੇ ਵਿੱਚ ਅਸੀਂ ਖਾਦ ਪਾਵਾਂਗੇ ਜਿਹੜੇ ਪੱਤਝੜ ਵਾਲੇ ਨੇ। ਅਤੇ ਬੂਟਿਆਂ ਦੇ ਉਮਰ ਦੇ ਹਿਸਾਬ ਨਾਲ, ਪਹਿਲੇ ਸਾਲ 10 ਕਿਲੋ, ਦੂਜੇ ਸਾਲ 20 ਕਿਲੋ, ਇਸ ਤਰ੍ਹਾਂ ਇਹ ਪਾਵਾਂਗੇ ਸਾਰੇ ਬੂਟਿਆਂ ਦੇ।